ਰਬ ਦਾ ਤੋ ਦਾਤਾਰ ਪਰਿਉ ਜਾਂਚ ਕੇ ਕੋ ਸਰਨਾ ਮਿਲੇ ਦਾਨ ਸੰਤ ਰੇਨ ਜਿਹ ਲਗ ਪੌਜਲ ਤਰਨਾ ਬਿੰਦ ਕਰੂੰ ਅਰਜ਼ਾਸ ਸੋਨੂ ਜੀ ਠਾਕੁਰ ਭਾਵੈ ਦੇਖੋ ਤਰਸ ਮਾਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿਉ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਮਨ ਤਨ ਹੋਏ ਚੁਲੰਬ ਜੇ ਸਤ ਗੁਰ ਪਾਇਆ ਕਹਿੰਦੇ ਜੇ ਗੁਰੂ ਨੂੰ ਪਾ ਲੈ ਤੇ ਗੁਰੂ ਨੂੰ ਚੰਗਾ ਲੱਗੇ ਨਾ ਤੇਰੇ ਮਨ ਤੇ ਤਾਨੂੰ ਗੂੜਾ ਰੰਗ ਚੜ ਜਾਏ ਇਹਦੇ ਸਾਨੂੰ ਸੰਪਰਦਾਜ ਮਹਾਂਪੁਰ ਸ਼ਰਤ ਕਰਦੇ ਨੇ ਸਾਂ ਚੂ ਚੂਹਾ ਰੰਗ ਮੈਂ ਟੀਕੇ ਨਹੀਂ ਪੜਿਆ ਪਰ ਸਾਨੂੰ ਟਕਸਾਲ 'ਚ ਪੜਾਇਆ ਚੂਹੂਹਾ ਰੰਗ ਗਾੜਾ ਲਾਲ ਰੰਗ ਜੇ ਸੱਚੇ ਪਾਤਸ਼ਾਹ ਨੂੰ ਭਾ ਦੇਣਾ ਤੇ ਤੈਨੂੰ ਗਾੜਾ ਰੰਗ ਚੜ ਜਾਏ ਤੇ ਹੁਣ ਵੀ ਆਪਾਂ ਲਾਲ ਰੰਗ ਪਾਈ ਲਾਈ ਜਾਂਦੇ ਆ ਲੇਕਿਨ ਰਾਰ ਰੰਗ ਦੀ ਵਿਆਖਿਆ ਗੁਰਬਾਣੀ 'ਚ ਹੋਰ ਹੈ ਇਹ ਰੰਗ ਉਹਨਾਂ ਨੂੰ ਲੱਗਦਾ ਹੈ ਜਿਹੜੇ ਪਰਮੇਸ਼ਰ ਨੂੰ ਭਾ ਗਏ ਨੇ ਜਿਹੜੇ ਚੰਗੇ ਲੱਗਦੇ ਨੇ ਯਾਦ ਰੱਖੀ ਚੱਲੇ ਜਨਮ ਸਵਾਰ ਵਖਰ ਸੱਚ ਲੈ ਵਖਰ ਦੇ ਅਖਰੀ ਅਰਥ ਨੇ ਲਾਭਦਾਇਕ ਵਸਤੂ ਜੇ ਆਪਾਂ ਨੂੰ ਇੱਕੋ ਹੀ ਕਰਤ ਕਰਨਾ ਪਵੇ ਨਾ ਵਖਰ ਦਾ ਜਿਵੇਂ ਸੁਖਨੀ ਸਾਹਿਬ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਵਖਰ ਦਾ ਅਰਥ ਹੈ ਉਹ ਸੌਦਾ ਜੀ ਦੇ ਵਿੱਚ ਘਾਟਾ ਨਾ ਪੈ ਆਪਾਂ ਕਈ ਸੌਦੇ ਕਰਦੇ ਆ ਬੜੇ ਲਾਭ ਬੰਦੇ ਤੇ ਘਾਟਾ ਪੈ ਜਾਂਦਾ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਚੱਲੇ ਜਨਮਸਵਾਰ ਵਖਰੇ ਸੱਚ ਲੈ ਜਿਨ੍ਹਾਂ ਨੇ ਸਤ ਰੂਪੀ ਲਾਭਦਾਇਕ ਵਸਤੂ ਨੂੰ ਲੈ ਲਿਆ ਨਾ ਉਹਨਾਂ ਆਪਣਾ ਮਨੁੱਖਾ ਜਨਮਸਵਾਰ ਲਿਆ ਪੱਤ ਪਾਏ ਦਰਬਾਰ ਸਤਗੁਰ ਸਬਦ ਭੈ ਉਹ ਪਰਿਪੂਰਨ ਪ੍ਰਮਾਤਮਾ ਦੀ ਕੈਹਰੀ ਦੇ ਵਿੱਚ ਉਹਨਾਂ ਨੂੰ ਸਤਕਾਰ ਮਿਲਦਾ ਕੌ ਕਿਨਾਂ ਨੂੰ ਜਿਹੜੇ ਗੁਰੂ ਦੇ ਅਪਦੇਖ ਦੇ ਭੈ ਵਿੱਚ ਨੇ ਇਹੜਾ ਗੁਰੂ ਦੀ ਸਿੱਖਿਆ ਨਾ ਉਹ ਦੇ ਮੁਤਾਬਕ ਡਰਦੇ ਨੇ ਆ ਮੈਥੋਂ ਗਲਤੀ ਨਾ ਹੋ ਜਾਏ ਗੁਰੂ ਦਾ ਉਪਦੇਸ਼ ਕੀ ਹੈ ਸੁੱਧ ਜਪਤੇ ਹਮ ਲਈ ਬਚਨ ਗੁਰਦੈ ਹਮਾਰੇ ਪੂਤ ਇਹੀ ਪ੍ਰਣ ਤੋਏ ਪ੍ਰਾਨ ਜਬ ਲਗ ਖੜਤਾਰੇ ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬੜੈ ਜੋ ਪਰ ਨਾਰੀ ਕੀ ਸੇਜ ਪੂਰ ਸੁਪਨੇ ਹੋ ਨਾ ਜਿਓ ਪਰ ਤਖ ਤਾਂ ਕੀ ਸੁਪਨੇ ਦੇ ਵਿੱਚ ਵੀ ਪਰਾਏ ਪਿੱਸੇ ਤੋਂ ਪਰਹੇਜ਼ ਕਰ ਬਚ ਉਹ ਗੁਰਮੁਖ ਜਨ ਜਿਹੜੇ ਗੁਰੂ ਦੇ ਉਪਦੇਸ਼ ਦਾ ਭੈ ਰੱਖਦੇ ਨੇ ਉਹਨਾਂ ਨੂੰ ਵਿਗਰੂ ਦੇ ਦਰਬਾਰ ਵਿੱਚ ਸਤਕਾਰ ਮਿਲਦਾ ਮਾਣ ਮਿਲਦਾ ਹੈ ਰਹਾਉ ਇਹ ਰਹਾਉ ਦਾ ਭਾਵੰਦਾ ਵੀ ਜਿਹੜੀ ਇਹਦੇ ਤੋਂ ਪਹਿਲੀ ਪੰਕਤੀ ਉਹ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ ਦੂਜਾ ਕਿਉਂਕਿ ਜਿਵੇਂ ਪਹਿਲਾਂ ਬੇਨਤੀ ਕੀਤੀ ਕਿ ਹਰ ਮਾਂਪੁਰਸ਼ ਨੇ ਆਪੋ ਆਪਣੇ ਅਨੁਭਵ ਦੇ ਮੁਤਾਬਕ ਇਹਦੇ ਅਰਥ ਕੀਤੇ ਨੇ ਇੱਕ ਵਿਦਵਾਨ ਰਹਾਉ ਦੇ ਬਾਰੇ ਕਹਿੰਦਾ ਵੀ ਗੁਰਮੁਖ ਖੋੜੀ ਰਹਾਉ ਤੂੰ ਪਹਿਲੀ ਪੰਕਤੀ ਹੈ ਨਾ ਉਹਨੂੰ ਵਿਚਾਰ ਕੇ ਤੇ ਆਪਣੇ ਜੀਵਨ ਨੂੰ ਉਹਦੇ ਤੇ ਤੋਲੋ ਤੇ ਤੁਹਾਡਾ ਜੀਵਨ ਉਹੋ ਜਿਹਾ ਬਣਿਆ ਕਿ ਨਹੀਂ ਬਣਿਆ ਅਗਰ ਬਣ ਗਿਆ ਤੇ ਧੰਨਵਾਦ ਕਰੋ ਵੈਗਰੂ ਦਾ ਤੇ ਜੇ ਨਹੀਂ ਬਣਿਆ ਤੇ ਅਰਦਾਸ ਕਰੋ ਵੀ ਪ੍ਰਮਾਤਮਾ ਮੇਰੇ ਤੇ ਕਿਰਪਾ ਕਰੇ ਕਿ ਮੇਰਾ ਇਹੋ ਜਿਹਾ ਮੈਂ ਬਣ ਜਾਂ ਰਹਾਉ ਦੀ ਪਹਿਲੀ ਜਿਹੜੀ ਪੰਕਤੀ ਨਾਲ ਉਹਨੂੰ ਫੜ ਕੇ ਤੇ ਵਿਚਾਰੋ ਤੇ ਵੇਖੋ ਭਲਾ ਮੈਂ ਇਹੋ ਜਿਹਾ ਬਣਿਆ ਕਿ ਨਹੀਂ ਬਣਿਆ ਜੇ ਬਣ ਗਿਆ ਸ਼ੁਕਰਾਨਾ ਕਰ ਵਾਹਿਗੁਰੂ ਦਾ ਅਰਦਾਸ ਧੰਵਾਦ ਕਰ ਤੇ ਜੇ ਨਹੀਂ ਬਣਿਆ ਅਰਦਾਸ ਕਰ ਵਾਹਿਗੁਰੂ ਮੇਰੇ ਤੇ ਵੀ ਕਿਰਪਾ ਕਰ ਕਿਉਂਕਿ ਤੂੰ ਬਿਆੰਤ ਹੈ ਇਸ ਕਿ ਰਹਾਉਦਾਲ ਤੇ ਬਸਰਾਮ ਦੇ ਕਰਕੇ ਕਹਿੰਦੇ ਹਨ ਮਨ ਤਨ ਸੱਚ ਸਲਾਹੇ ਸਾਚੇ ਮਨ ਪਹਾਇਆ ਕਹਿੰਦੇ ਉਹ ਗੁਰਮੁਖ ਜਨ ਜਿਹੜੇ ਮਨ ਕਰਕੇ ਤੇ ਤਨ ਕਰਕੇ ਪ੍ਰਮਾਤਮਾ ਦੀ ਸਿਫਤੂ ਸਲਾਹ ਕਰਦੇ ਹਨ ਤੇ ਆਪਾਂ ਤਨ ਕਰਕੇ ਤਾਂ ਕਰਦੇ ਆ ਲੇਕਿਨ ਮਨ ਕਰਕੇ ਨਹੀਂ ਤਨ ਕਰਕੇ ਦੀ ਆ ਵਿਆਖਿਆ ਪਾ ਪੜਦੇ ਆ ਮਨ ਕਰ ਜਿਹੜੇ ਤਨ ਕਰਕੇ ਕਰਦੇ ਤੇ ਮਨ ਕਰਕੇ ਨਹੀਂ ਉਹਨਾਂ ਦੇ ਬਾਰੇ ਪੜਦੇ ਆ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਇੱਕ ਗਿਆਨੀ ਸਿੰਘ ਕਥਾ ਕਰ ਰਿਹਾ ਹੈ ਪੇ ਬਤਾਂਗ ਬੜੇ ਗਰਮ ਹੁੰਦੇ ਨੇ ਇਹ ਤਾਮਸੀ ਖਾਣਾ ਤੇ ਨਹੀਂ ਖਾਣਾ ਚਾਹੀਦਾ ਆਪੋ ਆਪਣੀ ਖਿਆਲ ਹੈ ਨਾ ਕਥਾ ਕਰਦੇ ਨੇ ਗਿਆਨੀ ਜੀ ਤੇ ਤੀਜੇ ਦਿਨ ਇੱਕ শ্রোਤਾ ਪ੍ਰੇਮੀ ਜਨ ਕਹਿਣ ਲੱਗਾ ਵੀ ਗਿਆਨੀ ਜੀ ਅਸੀਂ ਬਿਨਾ ਖਾਦ ਤੋਂ ਬਤਾਉਂ ਬੀਜੇ ਨੇ ਤੇ ਮੇਰੇ ਮਨ ਦੀ ਭਾਵਨਾ ਵੀ ਮੈਂ ਪਹਿਲਾਂ ਗਿਆਨੀ ਜੀ ਨੂੰ ਸ਼ਕਾਵਾਂ ਤੇ ਮੈਂ ਚੇਚੇ ਲੈ ਕੇ ਆਇਆ ਪਿੰਡੋਂ ਹੁਣ শ্রোਤਿਆਂ ਵਿੱਚੋਂ ਦਾ ਕਾਕਾ ਬੈਠਾ ਤੇ ਕਾਕਾ ਨੂੰ ਇਸ਼ਾਰਾ ਕੀਤਾ ਵੀ ਪੁੱਤਰ ਆ ਵਸਾਉ ਲੈ ਜਾ ਤੇ ਆਪਣੀ ਮੰਮੀ ਨੂੰ ਕਵੀ ਪਿਆਜ ਪਾਪਾ ਜੀ ਨੇ ਬਤਾਉ ਹੀ ਖਾਣੇ ਨੇ ਉਹ ਉਹ ਬੱਚਾ ਵਿਚਾਰਾ ਪੋੜਾ ਹੈ ਜਿਵੇਂ ਆਪਾਂ ਕਈ ਵਾਰ ਬੱਚਿਆਂ ਨੂੰ ਝੂਠ ਸੌਣਿਆ ਨਾ ਬੂਏ ਤੇ ਕਿਸੇ ਨੇ ਵਾਰ ਮਾਰੀ ਤੇ ਆਪਾਂ ਕਹਿੰਨੇ ਉਹਨੂੰ ਕਹਦੇ ਪਾਪਾ ਪਾਪਾ ਜੀ ਘਰ ਨਹੀਂ ਤੇ ਬੱਚਾ ਹੁੰਦਾ ਪੋੜਾ ਕਹਿੰਦਾ ਅੰਕਲ ਜੀ ਪਾਪਾ ਜੀ ਕਹਿੰਦੇ ਪਾਪਾ ਕਰਨੀ ਆਪਾਂ ਤਾਂ ਕਹਿੰਨੇ ਕਹ ਦੇ ਵੀ ਨਹੀਂ ਤੇ ਬੱਚਾ ਪੋੜਾ ਉਹ ਕਹਿੰਦਾ ਪਾਪਾ ਜੀ ਪਾਪਾ ਜੀ ਕਹਿੰਦੇ ਪਾਪਾ ਕਰਨੀ ਇਸੇ ਤਰ੍ਹਾਂ ਗਿਆਨੀ ਨੇ ਆਖਿਆ ਵੀ ਬਤਾਉ ਨਾ ਖਾਓ ਤਾਮਸੀ ਖਾਣਾ ਹੈ ਤੇ ਬੱਚਾ ਸੁਣਦਾ ਸੀ ਵੀ ਬਾਪੂ ਦੀ ਕਥਾ ਸੁਣ ਕੇ ਮਮੀ ਕਥਾਵਾਚਕ ਬਣ ਜਾਗਾ ਉਹਨੇ ਆਖਿਆ ਪਾਪਾ ਜੀ ਤੁਸੀਂ ਤਾਂ ਪਰਸੋਂ ਪਰਸੋਂ ਕਥਾ ਕੀਤੀ ਸੀ ਪਤਾਉਣੀ ਖਾਣੇ ਚਾਹੀਦੇ ਕਹਿੰਦਾ ਪੁੱਤਰ ਲੋਕਾਂ ਵਾਸਤੇ ਆ ਆਪਣੇ ਲਈ ਨਹੀਂ ਅੱਜ ਇਹ ਗੱਲ ਵਿਗੜੀ ਐ ਨਾ ਤੁਹਾਡੀ ਤੇ ਸਾਡੀ ਕਰਤੂਤ ਕਰਕੇ ਅਸੀਂ ਸਟੇਜਾਂ ਤੇ ਬੜਾ ਉੱਚੀਆਂ ਬਾਹਾਂ ਕਰਕੇ ਬੋਲਦੇ ਪੱਲੇ ਕੱਕ ਵੀ ਦੀ ਤੁਸੀਂ ਗੁਰੂ ਅਗਰਦਾਸ ਕਰਿਆ ਕਰੋ ਅਸੀਂ ਜੋ ਤੁਹਾਨੂੰ ਗੁਰਮਤ ਨਾਲ ਜੋੜਦੇ ਹਾਂ ਸਾਡਾ ਆਪਣਾ ਜੀਵਨ ਗੁਰਮਤ ਤੇ ਭਿੱਜਾ ਹੋਵੇ ਸਾਡੀ ਕਹਿਣੀ ਤੇ ਕਥਨੀ ਇੱਕ ਹੋਵੇ ਤੇ ਸਾਡੀ ਤਾਂ ਅਵਸਥਾ ਇਹ ਹੈ ਰਹਿਤ ਅਵਰ ਕਸ਼ ਅਵਰ ਕਮਾਪਤ ਮਨ ਨਹੀਂ ਪ੍ਰੀਤ ਮੁਖੋਂ ਗਣ ਲਾਪਤ ਮਨ ਪ੍ਰੀਤ ਨਹੀਂ ਪਰ ਮੂੰਹ ਨਾ ਬੜੀਆਂ ਗੱਲਾਂ ਗਣਦਾ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਮਨ ਤਨ ਸੱਚ ਸਲਾਹ ਏ ਸਾਚੇ ਮਨ ਭਾਇਆ ਮਨ ਕਰਕੇ ਤਨ ਕਰਕੇ ਜੇ ਵਿਗਰੂ ਦੀ ਸਿਖ ਤੋਂ ਸਲਾਹ ਕਰੇਗਾ ਨਾ ਉਹਨੂੰ ਚੰਗਾ ਲੱਗੇਗਾ ਉਹਨੂੰ ਭਾ ਜਾਏਗਾ ਉਹਦੀ ਦਰ ਪ੍ਰਮਾਨ ਚੜ ਜਾਏਗਾ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਆਖਰਕਾਰ ਇਸ ਮੰਡਲ ਤੇ ਪਹੁੰਚਿਆ ਕੇਵੇ ਤੇ ਕਹਿੰਦੇ ਨੇ ਪੂਰੇ ਗੁਰੂ ਦੀ ਪ੍ਰਾਪਤੀ ਕਰਕੇ ਜਿਹੜਾ ਅਧੂਰਾ ਗੁਰੂ ਹੈ ਨਾ ਉਹ ਬੰਦੇ ਨਹੀਂ ਲਾਏਗਾ ਅੱਜ ਕੱਲ੍ਹ ਕਈਆਂ ਨੂੰ ਦਸਮ ਗ੍ਰੰਥ ਨਾਲ ਬੜੀ ਅਲਰਜੀ ਹੈ ਬੜੀ ਭੰਡੀ ਕਰਦੇ ਨੇ ਪਰ ਦਸਮ ਗ੍ਰੰਥ ਪੜ੍ਹਨਾ ਨਹੀਂ ਚਾਹੀਦਾ ਬੜਾ ਵੱਡਾ ਪਾਪ ਹੈ ਉਹਦੇ ਵਿੱਚ ਬੜਾ ਕੁਝ ਲਿਖਿਆ ਹੈ ਗੁਰਮੁਖੋ ਦਸਮ ਗ੍ਰੰਥ ਵਿੱਚ ਇਹ ਕਥਾ ਚ ਲਿਖਿਆ ਪੀੜਾ ਸੰਿਆਸੀ ਆ ਆਪਣੇ ਹਿੰਦੁਸਤਾਨ ਦਾ ਜਿੰਕ ਕਿ ਕੁੰਭ ਕਮ ਹੁੰਦੇ ਨੇ ਨਾ ਤੇ ਸਾਰਿਆਂ ਤੋਂ ਅੱਗੇ ਲੱਗਦੇ ਨੇ ਸੰਿਆਸੀ ਤੇ ਸੰਿਆਸੀਆਂ ਦਾ ਗੁਰੂ ਹੈ ਦੱਤਾ ਤ੍ਰਿਉ ਉਸ ਦੱਤਾ ਤੇ ਉਹ ਨੇ 24 ਗੁਰੂ ਧਾਰਨ ਕੀਤੇ ਨੇ ਦਸਮ ਪਾਤਸ਼ਾਹ ਦੀ ਬਾਣੀ ਤੁਸੀਂ ਕਿ ਦੱਦਾ ਉਹ ਪ੍ਰਸੰਗ ਪੜਨਾ ਤੇ ਤੁਹਾਨੂੰ ਮਿਲ ਜਾਏਗਾ ਕਵੀ ਗੁਰੂ ਧਾਰਨ ਤੋਂ ਪਾਪ ਇੱਕ ਤੋਂ ਗੱਲ ਨਹੀਂ ਬਣੀ ਮੁੜ ਕੇ ਦੂਜਾ ਪਾਰਨਾ ਪਿਆ ਦੂਜੇ ਤੋਂ ਗੱਲ ਨਹੀਂ ਬਣੀ ਤੇ ਤਿਜਾ ਧਾਰਨਾ ਪਿਆ ਅਸੀਂ ਆਪਣੇ ਇਤਿਹਾਸ ਵਿੱਚ ਪੜ੍ਹੀਏ ਨਾ ਤੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਉਹਨੇ ਦੋ ਤਿੰਨ ਗੁਰੂ ਤਾਰਨ ਕੀਤੇ ਸਨ ਇੱਕ ਪਾਕਿਸਤਾਨ ਵਿੱਚ ਮੇਰੇ ਪਿੰਡਾਂ ਦੇ ਲਾਗੇ ਜਾਮਨ ਪਿੰਡ ਉੱਥੇ ਗੁਰੂ ਨਾਨਕ ਪਾਤਸ਼ਾਹ ਵੀ ਗਏ ਦੂਜੇ ਪੰਚਮ ਪਾਤਸ਼ਾਹ ਲਾਹੌਰ ਨੂੰ ਗਏ ਉਦੋਂ ਵੀ ਉੱਥੇ ਟਿਕਿਆ ਨੂੰ ਗੁਰਦੁਆਰਾ ਸਾਹਿਬ ਹੈ ਹੁਣ ਉਹਦੀ ਹਾਲਤ ਖਸਤਾ ਮੁੜ ਕੇ ਉਹਨੇ ਜਾ ਕੇ ਨਾਸ ਗੁਰੂ ਧਾਰਨ ਕੀਤਾ ਉਹਦੇ ਕੋਲੋਂ ਕਰਾਮਾਤਾਂ ਸਿੱਖੀਆਂ ਆਪਰੰਤ ਮੁੜ ਕੇ ਉਹਨੇ ਨਦੇੜ ਤੇ ਜਾ ਗੁਰੂ ਧਾਰਨ ਕੀਤਾ ਤੇ ਮੁੜ ਕੇ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿਚ ਆਉਣ ਕਰਕੇ ਉਹ ਬੰਦਾ ਬਣ ਗਿਆ ਹੁਣ ਭਰਾ ਇਹ ਕੋਈ ਗੁਰੂ ਕਹਿੰਦਾ ਵੀ ਕਿਸੇ ਦਾ ਮੰਜਾ ਮੂਤਾ ਕਰਕੇ ਬੇਪਤੀ ਕਰੋ ਅਧੂਰੀਆਂ ਕੁਲ ਸੀ ਨਾ ਇਹ ਮੰਜਾ ਬੜਾ ਬਣਾਇਆ ਤੇ ਉਹਨੂੰ ਬੰਦੇ ਨੂੰ ਬਿਠਾ ਕੇ ਤੇ ਮੁੜ ਕੇ ਮੂਧਿਆ ਕਰਕੇ ਤਾੜੀ ਮਾਰਨੀ ਤੇ ਭਲੇਖੇ ਵਿੱਚ ਕਲਗੀਧਰ ਪਾਤਸ਼ਾਹ ਨੂੰ ਬਿਠਾਇਆ ਤੇ ਲੱਗਾ ਮੰਜਾ ਮੂਧਾ ਕਰਨ ਤੇ ਗੱਲ ਨਾ ਬਣੀ ਤੇ ਮੁੜ ਕੇ ਕਹਿਣ ਲੱਗਾ ਜੀ ਮੈਂ ਤੁਹਾਡਾ ਬੰਦਾ ਤੇ ਕਲਗੀਧਰ ਬਾਪੂ ਕਹਿਣ ਲੱਗੇ ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ ਕਿਸੇ ਦੀ ਬੇਇੱਜ਼ਤੀ ਕਰਨੀ ਬੰਦਿਆਂ ਦਾ ਕੰਮ ਨਹੀਂ ਜਿਹੜਾ ਆਪਾਂ ਕਹਿੰਦੇ ਬੰਦਾ ਸਿੰਘ ਬਹਾਦਰ ਉਹਨੇ ਅਮਰ ਛੱਕਿਆ ਤੇ ਗੁਰਬਖਸ਼ ਸਿੰਘ ਬਣਿਆ ਪੰਜਾਂ ਪਿਆਰੇ ਸਬਾਨਾਂ ਨੂੰ ਉਹਦਾ ਨਾਂ ਰੱਖਿਆ ਗੁਰਬਖਸ਼ ਸਿੰਘ ਬੰਦਾ ਸਿੰਘ ਉਹਦਾ ਤਖ਼ਲਸ ਹੈ ਤੇ ਬੰਦੇ ਦੇ ਬਾਰੇ ਆਪਾਂ ਪੜਦੇ ਬੰਦਾ ਕੌਣ ਬੰਦਾ ਹੋਏ ਬੰਦਗੀ ਗਏ ਜੇ ਬੰਦਗੀ ਕਰਦੇ ਤੇ ਬੰਦੇ ਆ ਨਹੀਂ ਤੇ ਬੱਬਾ ਕੱਢ ਕੇ ਤੇ ਮੁੜ ਕੇ ਗੱਗਾ ਲੱਗ ਜਾਏਗਾ ਗੁਰ ਪੂਰਾ ਪਾਇਆ ਲਾ ਰਤਾ ਮਨ ਮੰਨਿਆ ਉਹਦੇ ਅੰਤਿਸ਼ ਕਰਨ ਨੂੰ ਪਰਮਾਤਮਾ ਦੇ ਪ੍ਰੇਮ ਦਾ ਗਾੜਾ ਰੰਗ ਚੜ ਗਿਆ ਤੇ ਚੜਿਆ ਕਦੋਂ ਜਦੋਂ ਪੂਰੇ ਗੁਰੂ ਦਾ ਉਪਦੇਸ਼ ਮੰਨ ਕਰਕੇ ਮੰਨਿਆ ਤੇ ਲਾਲ ਰੰਗ ਫਿਰ ਲੱਗਾ ਉਪਦੇਸ਼ ਤਾਂ ਸਾਰੇ ਲੁਕੇ ਜਿਹਾ ਹੁੰਦਾ ਨੇ ਆਪਾਂ ਪੰਜਾਂ ਪਿਆਰਿਆਂ ਨੂੰ ਕਮਲ ਛਕਦੇ ਆ ਤੇ ਕਈ ਗੁਰਮਖ ਪਿਆਰੇ ਜੀਵਨ ਪਰਜੰਤ ਉਹਦੇ ਤੇ ਪਹਿਰਾ ਦਿੰਦੇ ਨੇ ਤੇ ਕਈ ਇਹੋ ਜਿਹੇ ਨੇ ਦੁਬਾਰਾ ਫਿਰ ਸੰਚਾਰ ਹੋਇਆ ਤੇ ਕਹਿਣ ਲੱਗਾ ਜੀ ਪਿਛਲੇ ਸਾਲ ਛਕਿਆ ਸੀ ਪਰ ਥੋੜੀ ਜੀ ਪੀਲੀ ਮੈਂ ਥੋੜੀ ਜੀ ਪੀਲੀ ਅਸੀਂ ਲਖੀਮਪੁਰ ਖੀਰੀ ਅੰਮ੍ਰਿਤ ਸੰਚਾਰ ਕਰਨ ਗਏ ਪੰਜ ਪਿਆਰੇ ਸਹਿਬਾਨ ਤੇ ਉਥੇ ਉਹ ਕਹਿਣ ਲੱਗੇ ਜੀ ਅਸੀਂ ਬਾਬੇ ਕਰਤਾਰ ਸਿੰਘ ਦਾ ਅੰਮ੍ਰਿਤ ਛਕਾਇਆ ਜੀ ਬਾਬੇ ਜਰਨੈਲ ਸਿੰਘ ਦਾ ਛਕਣਾ ਹੈ ਇਹ ਮੇਰੀ ਹੱਟ ਬੀਤੀ ਚ ਮੇਰੀ ਸੇਵਾ ਸੀ ਪੰਜਾਂ ਪਿਆਰੇ ਮੈਂ ਆਖਿਆ ਕੋ ਗੁਰਮੁਖੇ ਤਾਂ ਗੱਲ ਬਣਨੀ ਨਹੀਂ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਲੈ ਕੇ ਆਏ ਵੇਖ ਲਓ ਜੇ ਪੁੱਛਦਾ ਛਕ ਲਓ ਤੇ ਨਹੀਂ ਤੇ ਫਿਰ ਬਾਬੇ ਜਰਨੈਲ ਸਿੰਘ ਕੋਲ ਮਿੱਤੇ ਜਗ ਲਾਇਆ ਜੀ ਸਾਨੂੰ ਇਹ ਨਹੀਂ ਪਤਾ ਅੰਮ੍ਰਿਤ ਗੁਰੂ ਦਾ ਹੈ ਅੰਮ੍ਰਿਤ ਪੀਆ ਸਤਗੁਰੂ ਦੀਆ ਔਰ ਇਹ ਵੀ ਮੈਂ ਵੇਖਿਆ ਉੱਥੇ ਹੀ ਇੱਕ ਬੰਦੇ ਨੇ 17ਵੀਂ ਵੇਰਾ 17ਵੀਂ ਰਮਸ਼ੰਕਨ ਲੱਗ ਜਿਵੇਂ ਕਿ 16ਗ ਬਣ ਗਈ ਸ਼ਕਿਆ ਤੇ ਮੈਂ ਕਿਹਾ ਤੇਰੀ ਯਾਦ ਆਜ ਤੋ ਬੜੀ ਬੜੀ ਗਿਣਤੀ ਰੱਖਦਾ ਹੁਣ ਤੇਰਾ ਪ੍ਰੋਗਰਾਮ ਕਿੰਨੀ 21 ਵੇਰਾ ਛਕੜਦਾ ਕੀ ਫਾਇਦਾ ਇਹ ਨਹੀਂ ਗੁਰੂ ਕਾ ਅਮਰ ਛਕ ਲਿਆ ਤੇ ਗੁਰਮੁਖੋ ਉਹਦੇ ਤੇ ਪਹਿਰਾ ਦੀਏ ਜੀਵਨ ਪਰਜੰਤ ਨਿਭ ਜਾ ਤੇ ਆਪਾਂ ਤਾਂ ਮਿੱਠਾ ਪਾਣੀ ਸਮਝ ਹੀ ਜਾਂਦੇ ਹਾਂ ਜਦੋਂ ਪੂਰਾ ਗੁਰੂ ਮਿਲ ਗਿਆ ਨਾ ਮਨ ਮੰਨ ਗਿਆ ਲਾ ਲਾ ਰੰਗ ਚੜ ਗਿਆ ਤੇ ਕਿਵੇਂ ਚੜਿਆ ਮੈਂ ਕੱਲ ਵੀ ਜਿਗਰ ਕੀਤੀ ਸੀ ਚੜਿਆ ਬਾਬੇ ਮਨੀ ਸਿੰਘ ਨੂੰ ਦਲਾਦ ਨੂੰ ਕਹਿੰਦਾ ਗੁਰਮਖਾ ਪੋਟਾ ਕਟ ਮੈਨੂੰ ਦਰਦ ਨਹੀਂ ਹੁੰਦਾ ਗੁਰੂ ਕਿਰਪਾ ਕਰੇ ਹਾਂ ਜੀਵਾ ਗੁਣ ਸਾਰ ਅੰਤਰ ਤੂੰ ਵਸੈ اے ਵੈਗੁਰੂ ਜੇ ਕਿਤੇ ਤੂੰ ਮੇਰੇ ਅੰਦਰ ਵਸ ਜਾਏ ਨਾ ਤੇਰੇ ਗੁਣਾਂ ਨੂੰ ਗ੍ਰਹਿਣ ਕਰਕੇ ਮੈਂ ਜਿਉਂਦਾ ਹੋ ਜਾ ਨਹੀਂ ਤੇ ਆਪਾਂ ਮੁਰਦੇ ਦੀ ਤੁਲ ਹਾਂ ਇਹਨੂੰ ਨਾਮ ਚੇਤੇ ਆ ਨਾ ਉਹ ਜਿਉਂਦਾ ਤੇ ਜਿਹੜੇ ਨਾਮ ਨੂੰ ਭੁੱਲ ਗਏ ਗੁਰਮੁਖ ਉਹ ਜਿਉਂਦੇ ਵੀ ਮਰੇ ਹੋਏ ਕਈ ਗੁਰਮੁਖ ਪਿਆਰੇ ਜਿਹੜੇ ਨਾ ਦੁਨੀਆਂ ਤੋਂ ਤੁਰ ਗਏ ਉਹ ਅੱਜ ਵੀ ਜਿੰਦਾ ਨੇ ਤੇ ਕਈ ਆਪਾਂ ਜਿਉਂਦੇ ਵੀ ਮਰਦੇ ਆਂ ਵੀ ਅੰਨ ਖਾ ਖਾ ਕੇ ਗੰਦਾ ਕਰੀ ਗਏ ਉਹ ਮਨੁੱਖ ਜਿਉਂਦਾ ਆਪਾਂ ਰੋਜ਼ ਪੜਦੇ ਆਖਾਂ ਜੀਵਾਂ ਵਿਸਰੇ ਮਰ ਜਾਉਂ ਜੇ ਵੈਗਰੂ ਨੂੰ ਚੇਤੇ ਕਰਦੇ ਤੇ ਜਿਉਂ ਰਿਆ ਜੇ ਭੁੱਲ ਗਏ ਤੇ ਸਮਝ ਲੂ ਅਸੀਂ ਚੱਲਦੀਆਂ ਫਿਰਦੀਆਂ ਲਾਛਾਂ ਹਾਂ ਇਸ ਕਰਕੇ ਵੈਗਰੂ ਜੇ ਤੂੰ ਕਿਤੇ ਵਸ ਜਾ ਨਾ ਤੇ ਮੇਰਾ ਜੀਵਨ ਸ੍ਰੇਸ਼ਟ ਹੋ ਜਾਏ ਮੈਂ ਸਮਝਾਂਗਾ ਕਿ ਮੈਂ ਜਿਉ ਪਿਆ ਹਾਂ ਤੂੰ ਵਸ ਮਨ ਮਾਹੇ ਸਹਜ ਰਸ ਰਸੈ ਵੈਗਰੂ ਮੈਂ ਇੱਕ ਹੋਰ ਤੈਨੂੰ ਬੇਨਤੀ ਕਰਾਂ ਪਈ ਮੈਂ ਕੱਲਾ ਤੇਰੇ ਅੱਗੇ ਬੇਨਤੀ ਕਰਨਾ ਹੋਰ ਕਿਸੇ ਅੱਗੇ ਨਹੀਂ ਮੈਂ ਇਹ ਤਕਰੀਬਨ ਕਥਾ ਕਰਦਿਆਂ ਹਰ ਮੌਕੇ ਬੇਨਤੀ ਕਰਦਾ ਰਹਿਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ ਜਦੋਂ ਗੁਰੂ ਤੇ ਪਰਮੇਸ਼ਰ ਨੂੰ ਸਮੋਦਨ ਕੀਤਾ ਉੱਥੇ ਤੂੰ ਲਫਜਾਉਂਦਾ ਤੂੰ ਇੱਕ ਵਚਨ ਹੈ ਆਪਾਂ ਇਥੇ ਭੈਣ ਭਰਾ ਆਪਾਂ ਕਈ ਵਾਰ ਮਿਲਦੇ ਗਿੜਦੇ ਆ ਤੇ ਵਾਖਫੀ ਹੋਣ ਕਰਕੇ ਆਪਾਂ ਕਹਿੰਨੇ ਭਾਈ ਸਾਹਿਬ ਤੁਸੀਂ ਕਦੋਂ ਆਇਓ ਭੈਣ ਜੀ ਤੁਸੀਂ ਕਦੋਂ ਆਇਓ ਤੇ ਜੇ ਆਖੀ ਇਹਨੇ ਵੀ ਕੁੜੇ ਤੂੰ ਕਦੋਂ ਆਈ ਤੇ ਕਹਿੰਦੀ ਕਥਾ ਬੜੀ ਕਰਦਾ ਬੋਲਣ ਦੀ ਭੋਰਾ ਜਿਨੀ ਨਕਲ ਨਹੀਂ ਬਿਲਕੁਲ ਬਸ ਸਮਝਾ ਇਵੇਂ ਅੱਖਰ ਚਾਰ ਸਿੱਖ ਗਿਆ ਤੇ ਜੇ ਆਖਿਆ ਵੀ ਡਾਕਟਰ ਤੂੰ ਕਦੋਂ ਆਇਆ ਤੇ ਕਹਿਣ ਲੱਗਾ ਸਵਾਦਾ ਕਥਾਵਾਚਕ ਮੈਂ ਪੜਿਆ ਵੈਲਿਊ ਐਜੂਕੇਟਿਡ ਡਾਕਟਰ ਤੇ ਮੈਨੂੰ ਤੂੰ ਤੂੰ ਕਹਿੰਦਾ ਤੂੰ ਆਪਾਂ ਮੇਰੇ ਕਹਿਣ ਤੋਂ ਭਾਵ ਕਿ ਆਪਾਂ ਦੁਨਿਆਵੀ ਬੋਲੀ ਵਿੱਚ ਬਹੁ ਬਚਨ ਵਰਤਦੇ ਆ ਤੁਸੀਂ ਜਿਹੜਾ ਤੂੰ ਬੋਲਦਾ ਉਹਨੂੰ ਆਪਾਂ ਕਹਿੰਦੇ ਨੋਸੈਂਸ ਨਹੀਂ ਲੇਕਿਨ ਗੁਰੂ ਕੀ ਬਾਣੀ ਵਿੱਚ ਜਦੋਂ ਵੀ ਪਰਮੇਸ਼ਰ ਨੂੰ ਸਮੋਹਨ ਕੀਤਾ ਉੱਥੇ ਤੂੰ ਕੀਤਾ ਹੈ ਕਾਰਨ ਕੀ ਹੈ ਤੁਸੀਂ ਤਾਂ ਆਪਾਂ ਦਾ ਬਹੁਵਚਨ ਇੱਕ ਤੋਂ ਜ਼ਿਆਦਾ ਦੋ ਤਿੰਨ ਚਾਰ ਪੰਜ ਆਪਾਂ ਨੂੰ ਕਹਿੰਦੇ ਤੁਸੀਂ ਬਹੁਵਚਨ ਲੇਕਿਨ ਤੂੰ ਦਾ ਭਾਵੇਂ ਕੇਵਲ ਤੇ ਕੇਵਲ ਇੱਕ ਜੁਨੀਕ ਆਪਾਂ ਪੜ੍ਹਦੇ ਨੇ ਏਕ ਓੰਕਾਰ ਦੋ ਓੰਕਾਰ ਤਾਂ ਨਹੀਂ ਪੜਿਆ ਕਿਤੇ ਕਿ ਦੋ ਓੰਕਾਰ ਕਿਤੇ ਵੀ ਹੈ ਨਹੀਂ ਵੀ ਦੋ ਓੰਕਾਰ ਤਿੰਨ ਓੰਕਾਰ ਏਕ ਓੰਕਾਰ ਹੈ ਜਿਹੜੀ ਗੁਰਮਤ ਹੈ ਨਾ ਖਾਸ ਕਰਕੇ ਜੇ ਕੋ ਆਪਾਂ ਨੂੰ ਪੁੱਛੇ ਵੀ ਗਿਆਨੀ ਜੀ ਐਨੇ ਵੇਦਾਂ ਦੇ ਹੁੰਦਾ ਗੁਰਬਾਣੀ ਦੀ ਸੁਪਰਮੇਸੀ ਕੀ ਹੈ ਮਹਾਨਤਾ ਕੀ ਹੈ ਤੇ ਗੁਰੂ ਕੀ ਬਾਣੀ ਦੀ ਸਭ ਤੋਂ ਵੱਡੀ ਮਹਾਨਤਾ ਵੀ ਸਾਨੂੰ ਇਹ ਨਾਲ ਇੱਕ ਨਾਲ ਜੋੜਿਆ ਇਹ ਨਹੀਂ ਕਿ ਅਸੀਂ ਉਹਦੀ ਪੂਜਾ ਕਰਨੀ ਹੈ ਉਹਦੀ ਇੱਕ ਪੂਜਾ ਕਰਨੀ ਹੈ ਇਹ ਨਹੀਂ ਕੇਵਲ ਤੇ ਕੇਵਲ ਇੱਕ ਅਰਦਾਸ ਕਰਨੀ ਤੂੰ ਉਠਾ ਕਰ ਤੁਮ ਪੈ ਅਰਦਾਸ ਇੱਕ ਮਾਜ ਦਾ ਸ਼ਬਦ ਹੁੰਦਾ ਇੱਕੇ ਸ਼ਬਦ ਵਿੱਚ ਛੇ ਵੇਰਾਂ ਤੂੰ ਸੰਪਰਤਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਪੋ ਕਿਹਾ ਕੜਾ ਜਿਓ ਤੂੰ ਵਸੇ ਮਨ ਮਾਹੇ ਸਹਿਜੇ ਰਸ ਰਸੇ ਜੇ ਕਿਤੇ ਕੱਲਾ ਤੂੰ ਮੇਰੇ ਮਨ ਵਿੱਚ ਵਸ ਜਾਏ ਨਾ ਤੇ ਮੇਰਾ ਮਨ ਅਡੋਲ ਹੋ ਜਾਏ ਤੇ ਫਿਰ ਐਨ ਆਨੰਦ ਆਏਗਾ ਸਹਿਜ ਦਾ ਤਿੰਨ ਅਰਥ ਕੀਤੇ ਨੇ ਮਦਵਾਨ ਵੀਰਾਂ ਨੇ ਸਹਿਜ ਦਾ ਅਰਥ ਹੈ ਗਿਆਨ ਸਹਿ ਦਾ ਅਰਥੇ ਸ਼ਾਂਤੀ ਸਹਿ ਦਾ ਅਰਥ ਅਡੋਲ ਕਹਿਣ ਤੋਂ ਭਾਵ ਹੈ ਵੈਗਰੂ ਜਦੋਂ ਤੂੰ ਮੇਰੇ ਮਨ ਵਿੱਚ ਵਸ ਗਿਓ ਨਾ ਤੇ ਮਨ ਮੁੜ ਕੇ ਡੋਲਦਾ ਨਹੀਂ ਪਹਿਲਾਂ ਸਾਡੀ ਵਸਤਾ ਕਭੂ ਜੀੜਾ ਉਪ ਚੜਤ ਹੈ ਕਭੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਤਾ ਹੈ ਚਾਰੇ ਕੁੰਟਾਂ ਭਾਲੇ اے ਵੈਗਰੂ ਤੂੰ ਕਿਰਪਾ ਕਰ ਇਹ ਭਲਾ ਆਪਣੇ ਅੰਦਰ ਵਸਦਾ ਕਿਉਂ ਨਹੀਂ ਕੀ ਕਾਰਨ ਹੈ ਇਹਦਾ ਜਵਾਬ ਆਪਾਂ ਹੁਣੇ ਆਸਾ ਦੀ ਵਾਰ ਸਰਬਨ ਕੀਤੀ ਹੈ ਤੇ ਆਸਾ ਦੀ ਵਾਰ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਵਸਤੂ ਅੰਦਰ ਵਸਤ ਸੁਭਾਵੇ ਦੂਜੀ ਹੋਵੇ ਪਾਸ ਭਾਂਡੇ ਵਿੱਚ ਤੀਰ ਤਾਂ ਪੈਗੀ ਭਾਂਡਾ ਤਾਂ ਪਹਿਲਾਂ ਭਰਿਆ ਪਿਓ ਭਾਂਡਾ ਖਾਲੀ ਤਾਂ ਕਰ ਭਾਂਡਾ ਭਰਿਆ ਹੋਵੇ ਆਪਾਂ ਦੁੱਧ ਲੈਣ ਜਾਈਏ ਤੇ ਪਾਣੀ ਦਾ ਗੜਵਾ ਭਰਿਆ ਤੇ ਉਹਨੇ ਕਹਿਣਾ ਭਾਈ ਸਾਹਿਬ ਪਾਣੀ ਢੋਲ ਦਿਓ ਤੇ ਦੁੱਧ ਪਵਾ ਲਓ ਤੇ ਮੈਂ ਕਹਾ ਵੀ ਪਾਣੀ ਬੜਾ ਸਾਫ ਭਾਈ ਸਭ ਜੀ ਬੜਾ ਵਧੀਆ ਭਰਿਆ ਤੇ ਬਾਅਦ ਉਹਨੇ ਕਹਿਣਾ ਜੀ ਫਿਰ ਗਿਆਨੀ ਦੀ ਮਜਬੂਰੀ ਮੈਨੂੰ ਮੈਂ ਪਾਣੀ ਚ ਦੁੱਧ ਨਹੀਂ ਜੀ ਪੋਣਾ ਇਹ ਆਪਣੀ ਅੰਦਰ ਵਸੇਗਾ ਕਿਵੇਂ ਗੁਰਮੁਖੋ ਸਾਡੇ ਅੰਦਰ ਕਿਤੇ ਈਰਖਾ ਬੈਠੀ ਹੈ ਕਿਤੇ ਕਾਮ ਬੈਠਾ ਕਿਤੇ ਕ੍ਰੋਧ ਕਿਤੇ ਲੋਭ ਕਿਤੇ ਹੰਕਾਰ ਤੇ ਰੱਬ ਨੂੰ ਕੋ ਥਾਂ ਦੇਾਂਗੇ ਤਾਂ ਹੀ ਆਏਗਾ ਨਾ ਇਹ ਤਾਂ ਭਰਿਆ ਪਿਆ ਨਿੰਦਿਆ ਤੇ ਚੁਗਲੀ ਨਾਲ ਮੈਂ ਕੱਲ ਵੀ ਬੇਨਤੀ ਕੀਤੀ ਵੀ ਗੁਰੂ ਅਗੇ ਮੱਥਾ ਟੇਕਣ ਦਾ ਭਾਵ ਹੈ ਕਿ ਇੱਕ ਤੇ ਖਾਲੀ ਹੋ ਜੇ ਤੇ ਕਿਤੇ ਪ੍ਰਮਾਤਮਾ ਸਾਡੇ ਅੰਦਰ ਵੱਸ ਜਾਏ ਇਸ ਕਰਕੇ ਮੇਰੇ ਵੈਗਰੂ ਮੇਰੇ ਤੇ ਕਿਰਪਾ ਕਰ ਤੂੰ ਮੇਰੇ ਮਨ ਵਿੱਚ ਵੱਸ ਤਾਂ ਕਿ ਮੈਨੂੰ ਜ਼ਿੰਦਗੀ ਦਾ ਰਾਸ ਆ ਜਾਏ ਕਿਰਪਾ ਕਰਦੇ ਹਨ ਮੂਰਖ ਮਨ ਸਮਝਾਏ ਆਖੋ ਕੇਤਣਾ ਜਿਹੜਾ ਉਤਮ ਬਕਤਾ ਹੁੰਦਾ ਨਾ ਉਹ ਦੂਜਿਆਂ ਨੂੰ ਕਹਿਣ ਦੀ بجائے ਆਪਣੇ ਆਪ ਨੂੰ ਕਹਿ ਕੇ ਦੂਜਿਆਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਗੁਰੂ ਕੀ ਬਾਣੀ ਸਤਗੁਰੂ ਪਾਤਸ਼ਾਹ ਨੇ ਉਤਮ ਭਗਤੇ ਦੇ ਰੂਪੇ ਸਾਨੂੰ ਸਮਝਾਇਆ ਮੂਰਖ ਮਨ ਸਮਝਾਏ ਆਖੂ ਕਿਤੜਾ ਜਿਹੜਾ ਇਹ ਮੂਰਖ ਮਾਨਾ ਨਾ ਇਹਨੂੰ ਬੜਾ ਸਮਝਾਈਦਾ ਬਹੁਤ ਵੇਰਾਂ ਕਿਹਾ ਕਈ ਵੇਰਾਂ ਕਿਹਾ ਤੇ ਮੂਰਖ ਦੀ ਵਿਆਖਿਆ ਗੁਰਬਾਣੀ ਚ ਪੜ੍ਹਦੇ ਆ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ ਕਹਿੰਦੇ ਉਹ ਵੱਡਾ ਮੂਰਖ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਤੇ ਵਿਸ਼ਵਾਸ ਨਹੀਂ ਕਰਦਾ ਉਨੂੰ ਮੰਨਦਾ ਨਹੀਂ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਗੁਰਮੁਖਾ ਪ੍ਰੇਮ ਤੇ ਸਹਿਤ ਰੰਗਨ ਗਿਤੜਾ ਤੋਂ ਪਾਪ ਪ੍ਰੇਮ ਦੀ ਸਹਿਤ ਉਸ ਪਰਿਪੂਰਨ ਪ੍ਰਮਾਤਮਾ ਦੇ ਗੁਣ ਗਾਉਣਾ ਕਰ ਮੈਂ ਕੁਸ਼ਾਮਦਨੀ ਜੀ ਕਰਨ ਲੱਗਾ ਇਹ ਸ਼ਾਇਦ ਆਹ ਸਟੇਜ ਹੈ ਜਿੱਥੇ ਬੰਦਿਆਂ ਦੀ ਕੁਸ਼ਾਮਦਨੀ ਤੇ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਰਾਏ ਕਿਤੇ ਇੱਕ ਰੀਤੀ ਇਥੇ ਆ ਨਾ ਜਾਏ ਅਸੀਂ ਬੜੀਆਂ-ਬੜੀਆਂ ਸਟੇਜਾਂ ਤੇ ਸਾਡੀ ਡਿਊਟੀ ਹੁੰਦੀ ਜਾਂਦੇ ਆ ਤੇ ਹਰੀ ਦੇ ਗੁਣ ਗਾਉਣ ਦੀ ਬਜਾਏ ਬੰਦਿਆਂ ਦੇ ਗੁਣ ਗਾਏ ਜਾਂਦੇ ਨੇ ਅੱਜ ਨੂੰ ਖਾਸ ਕਰਕੇ ਸਮਾਪਤੀ ਹੁੰਦੀ ਨੇ ਫਲਾਣਾ ਸਾਹਿਬ ਆਏ ਨੇ ਬੜੀ ਕਿਰਪਾ ਕੀਤੀ ਹੈ ਤੇ ਭਲਿਓ ਗੁਰੂ ਦੀ ਕਿਰਪਾ ਨਾਲ ਹੀ ਸਭ ਜਿਹੜਾ ਵੱਡਾ ਏਕੀ ਦੇ ਦੇਜੇਗਾ ਕਿਰਪਾ ਕੇਵਲ ਤੇ ਕੇਵਲ ਗੁਰੂ ਦੀ ਮੰਗੀ ਜਾਏ ਤੇ ਗੁਰੂ ਦੀ ਹਜ਼ੂਰੀ 'ਚ ਗੁਰੂ ਦੀ ਵਡਿਆਈ ਕੀਤੀ ਜੇ ਬੰਦਿਆਂ ਦੀ ਨਾ ਕਰੀਏ ਪਰ ਅੱਜ ਬੜਾ ਦੁਖਾਂਤ ਆ ਰਿਹਾ ਸਾਡੇ ਸਮਾਜ ਵਿੱਚ ਬੰਦਿਆਂ ਦੀ ਖਸ਼ਾਮਦ ਫਰਾਨਾ ਪ੍ਰਧਾਨ ਜੀ ਆਏ ਫਰਾਨਾ ਸਾਹਿਬ ਜੀ ਆਏ ਨੇ ਬਾਣੀ ਕਹਿੰਦੀ ਸਹਬ ਮੇਰਾ ਏਕੋ ਹੈ ਏਕੋ ਹੈ ਪਰ ਏਕੋ ਹੈ ਹੇਜ ਹਾਈਨੈਸ ਸਤਕਾਰਯੋਗ ਅਸਤੀ ਉਹ ਕੇਵਲ ਤੇ ਕੇਵਲ ਇੱਕ ਵਹਿਗਰੂ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਹਰੀ ਦੇ ਗੁਣ ਗਾ ਪ੍ਰਮਾਤਮਾ ਦੀ ਵਡਿਆਈ ਕਰ ਪ੍ਰੇਮ ਦੇ ਸਹਿਤ ਯਾਦ ਰੱਖੀ ਨਿਤਨੇ ਤੇ ਰਦੇ ਸੰਭਾਲ ਪ੍ਰੀਤਮ ਆਪਣਾ ਔਰ ਉਹਦੀ ਵਡਿਆਈ ਕਰਨੀ ਕਿ ਆਪਾਂ ਕੋਈ ਵੀ ਕੰਮ ਕਰਦੇ ਤੇ ਆਪਾਂ ਕਹਿੰਨੇ ਕਾਦੇ ਲਈ ਕਰਨਾ ਹੈ ਕਾਰਨ ਘਟਨਾ ਤੇ ਸਿਟਾ ਇਥੇ ਪਰਿਪੂਰਨ ਪ੍ਰਮਾਤਮਾ ਦੇ ਅਰਦਾਸ ਕਰਨੀ ਇਸ ਕਰਕੇ ਕਿ ਉਹਨੂੰ ਤਮਾ ਕੋਈ ਨਹੀਂ ਪ੍ਰੀਤਮ ਦਾ ਅਰਥ ਹੁੰਦਾ ਤਮਾ ਤੋਂ ਰਹਿਤ ਤਮਾ ਪਾ ਕਹਿੰਨੇ ਫਰਾਨਾ ਬੜਾ ਤਮਾ ਖੋਰ ਹੈ ਲਾਲਚੀ ਤਮ ਅਰਥ ਹਨੇਰਾ ਵੀ ਹੁੰਦਾ ਹੈ ਪ੍ਰਮਾਤਮਾ ਦੇ ਅੰਦਰ ਅਨੇਰਾ ਨਹੀਂ ਉਚਾਨਣ ਹੈ ਉਹਨੂੰ ਗਰਜ ਨਹੀਂ ਕਿਸੇ ਪ੍ਰਕਾਰ ਦੀ ਉਹ ਗਰਜ ਤੋਂ ਪਰਾ ਹੈ ਇਸ ਕਰਕੇ ਉਹ ਪ੍ਰਮਾਤਮਾ ਜਿਹੜਾ ਗਰਜ ਤੋਂ ਤੁਰੈਤ ਤਮਾ ਤੋਂ ਰਹਿਤ ਹੈ ਨਾ ਉਸ ਪ੍ਰਮਾਤਮਾ ਨੂੰ ਰੋਜ਼ਾਨਾ ਚੇਤੇ ਕਰਨਾ ਕਰ ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਗੁਰਮੁਖਾ ਜੇ ਤੇਰੇ ਗੁਣ ਪੱਲੇ ਹੋਏ ਨਾ ਤੇ ਤੈਨੂੰ ਸੰਸੇ ਪਰੇਸ਼ਾਨ ਨਹੀਂ ਕਰਨਗੇ ਤੂੰ ਦੁਖੀ ਨਹੀਂ ਹੋਵੇਂਗਾ ਮਨਮੁਖ ਭਰਮ ਭਲਾਣਾ ਨਾ ਤਿਸ ਰੰਗ ਹੈ ਨਾ ਅਸਲ ਗੱਲ ਕੀ ਬਣੀ ਇਹਨੂੰ ਰੰਗ ਚੜਿਆ ਕਿਉਂ ਨਹੀਂ ਕਿਉਂਕਿ ਮਨ ਤੇ ਮਗਰ ਲੱਗ ਕੇ ਇਹ ਭਲੇਖਾ ਖਾ ਗਿਆ ਰੰਗ ਕਿਉਂ ਨਹੀਂ ਚੜਦਾ ਆਪਾਂ ਆਂ ਵੇਖਦੇ ਆਂ ਸਰਦੀ ਜੀ ਮਸਾਲਾ ਹੈ। ਕੱਪੜਾ ਦੁਕਾਨ ਤੋਂ ਲਿਆ ਤੇ ਬੀਬੀ ਕਹਿੰਦੀ ਵੀ ਲਲਾਰੀ ਨੂੰ ਆਪਾਂ ਪੈਸੇ ਕਾਦੇ ਦੇਣੇ ਆਪਾਂ ਘਰ ਹੀ ਰੰਗ ਲੈਂਦੇ ਆਂ। ਰੰਗ ਲੈ ਆਂਦਾ ਕੱਪੜਾ ਲੈ ਆਂਦਾ ਤੇ ਜਦੋਂ ਉਹਨੂੰ ਰੰਗ ਲਾਉਣ ਦਾ ਯਤਨ ਕੀਤਾ ਤੇ ਡੱਬ ਪੈ ਗਿਆ। ਤੇ ਬੀਬੀ ਉਹ ਲਲਾਰੀ ਨੂੰ ਕਹਿਣ ਲੱਗੀ ਵੀ ਭਰਾਵਾ ਕੀ ਗੱਲ ਹੈ? ਮੈਂ ਰੰਗ ਵੀ ਤੇਰੇ ਕੋਲ ਲੈ ਕੇ ਗਈ ਸਾਂ ਕਿਉਂਕਿ ਤੂੰ ਸਾਡਾ ਪੁਰਾਣਾ ਵਾਗ ਮੈਂ ਤੇ ਮੈਂ ਕੱਪੜੇ ਸੇੜ ਕੋਲੋਂ ਲਿਆ ਤੇ ਕਹਿੰਦਾ ਭੈਣ ਜੀ ਜਦੋਂ ਤੁਸੀਂ ਕੱਪੜੇ ਨੂੰ ਰੰਗ ਲਾਇਆ ਪਹਿਲਾਂ ਉਹ ਤੋਤਾ ਸੀ ਭਿਉਆ ਸੀ ਚਾਰ ਪੈਰ ਉਹ ਕਹਿੰਦੀ ਵੀਰ ਜੀ ਕਾਦੇ ਲਈ ਕਹਿੰਦਾ ਭੈਣ ਜੀ ਜਿੰਨਾ ਚਿਰੇ ਦੀ ਮੰਡ ਨਹੀਂ ਨਲਾਈ ਜਾਏ ਉਹਨਾਂ 'ਚ ਰੰਗ ਨਹੀਂ ਚੜਦਾ ਜਦੋਂ ਆਪਾਂ ਕੱਪੜੇ ਕੋੜੀ ਨੂੰ ਰੰਗਦੇ ਆ ਨਾ ਤੇ ਪਹਿਲਾਂ ਨੂੰ ਭਿਉਰੇ ਜਿਹੜਾ ਨੂੰ ਮੰਡੀ ਲੱਗੀ ਤੇ ਮੰਡੀ ਕਿਤੇ ਆਪਕ ਲੱਗ ਵੱਖ-ਵੱਖ ਇਲਾਕਿਆਂ ਦੀ ਬੋਲੀ ਕਿਤੇ ਮੰਡੀ ਕਹਿੰਦੇ ਕਿਤੇ ਮਾਇਆ ਕਹਿੰਦੇ ਨੇ ਜਿੰਨਾ ਚਿਰ ਮੰਡੀ ਹੈ ਮਾਇਆ ਉਹਨਾਂ 'ਚ ਰੰਗ ਨਹੀਂ ਚੜਨਾ ਤੇ ਜਿੰਨਾ ਚਿਰ ਮੈਂ ਵਿਦਵਾਨ ਮੈਂ ਗਿਆਨੀ ਮੈਂ ਧਿਆਨੀ ਮੈਂ ਪੁਜਨੀਕ ਜਿੰਨਾ ਚਿਰ ਮੈਂ ਦੀ ਮੰਡੀ ਲੱਗੀ ਗੁਰਮੁਖੋ ਪ੍ਰੇਮ ਦਾ ਰੰਗ ਨਹੀਂ ਚੜਨਾ ਪ੍ਰੇਮ ਦਾ ਅਰਥ ਹੀ ਹੁੰਦਾ ਮੈਂ ਤੋਂ ਪਰਾਂ ਹੋਣਾ ਤੇ ਇੱਥੇ ਤਾਂ ਮੈਂ ਭਰੀ ਪਈ ਐ ਸੋ ਇਸ ਕਰਕੇ ਕਹਿੰਦੇ ਨੇ ਮਨਮੁਖ ਭਰਮੁ ਭਰਾਣਾ ਨਾ ਤੇ ਸਰੰਗ ਹੈ ਇਹ ਭਲੇਖਿਆਂ ਚ ਪੈ ਗਿਆ ਇਸ ਕਰਕੇ ਇਹਨੂੰ ਪ੍ਰੇਮ ਦਾ ਰੰਗ ਨਹੀਂ ਚੜਿਆ ਪਰ ਯਾਦ ਰੱਖੀ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਕਹਿੰਦੇ ਗੁਰਮੁਖਾ ਬੜੀ ਬੁਰੀ ਹੋਵੇਗੀ ਜਿਹੜਾ ਤੇਰਾ ਮਨ ਤੇ ਤਨ ਟਿਕਦਾ ਨਹੀਂ ਭੰਗ ਤੋਂ ਭਾਵੰਦਾ ਆਪਾਂ ਕਹਿੰਦੇ ਉਹ ਕੰਮ ਚ ਵਿਗਨ ਪੈ ਗਿਆ ਭੰਗ ਦਾ ਪਾਪ ਵਿਗਨ ਪੈਣਾ ਸੋ ਇਸ ਪ੍ਰਕਾਰ ਇਹਦਾ ਨਾਮ ਮਨ ਟਿਕਿਆ ਨਾ ਇਹਨਾਂ ਸਰੀਰ ਕਰਕੇ ਸੇਵਾ ਕੀਤੀ ਤੇ ਯਾਦ ਰੱਖੀ ਬੜਾ ਪਰੇਸ਼ਾਨ ਹੋਵੇਂਗਾ ਇਹਦੀ ਆਪਾਂ ਇੱਥੇ ਮਸਾਲ ਵੇਖ ਸਕਦੇ ਹਾਂ ਪਿਛਲੇ ਵੀਰ ਵੀ ਕਿਹਾ ਤੇ ਅੱਜ ਫੇਰ ਬੇਨਤੀ ਕਰਦੇ ਹਾਂ ਗੁਰੂ ਕਾ ਲੰਗਰ ਹੈ ਨਾ ਤੇ ਆਪਾਂ ਉਹ ਤੋਂ ਚਾਹ ਦਾ ਗਲਾਸ ਲੈ ਕੇ ਕਮਰੇ ਚਲ ਜਾਣੇ ਤੇ ਬੂਹੇ ਅੱਗੇ ਗਲਾਸ ਰੱਖ ਦੇ ਤੇ ਆਪਾਂ ਤਾਂ ਲੰਗਰ ਤੱਕ ਗਲਾਸ ਪਹੁੰਚਾਉਣ ਨੂੰ ਪਿਆਰ ਨਹੀਂ ਮੈਂ ਹੁਣੇ ਵੇਖਿਆ ਮੈਂ 15 30 ਗਲਾਸ ਵਿਖੇ ਨੇ ਇਹ ਤੁਸੀਂ ਦੱਸੋ ਵੀ ਇਹ ਪਹਿਲਾ ਗਲਾਸ ਆਪਣੇ ਆਪ ਤੁਰਦੇ ਨੇ ਮੈਂ ਬੜੀ ਹੈਰਾਨੀ ਦੀ ਗੱਲ ਕਿ ਰਾਮਪੁਰ ਖੜੇ ਗਲਾਸ ਤੁਰਦੇ ਵੇਖੇ ਉੱਥੇ ਪੀ ਪ੍ਰੇਮੀਆ ਦੇ ਕਮਰੇ ਵਿੱਚ ਚਾਹ ਦੇ ਗਲਾਸ ਆਪ ਚੜ੍ਹ ਕੇ ਜਾਂਦੇ ਨੇ ਇਹ ਨਾ ਕੰਮ ਕਰਿਆ ਕਰੋ ਪਹਿਲੀ ਗੱਲ ਤਾਂ ਵੀ ਆਪਾਂ ਲੰਗਰ ਵੀ ਛਕੀ ਤੇ ਜਨੀ ਤੇ ਕੰਮ ਸੁ ਕੰਮ ਜੇ ਆਪਾਂ ਲੈ ਹੀ ਗਏ ਪਾਪ ਕੋਈ ਨਹੀਂ ਪਰ ਗਲਾਸ ਨੂੰ ਉਥੇ ਪਚਾਉਣ ਦੀ ਖੇਚੜ ਕਰੋ ਚਵਾਨੀ ਦੀ ਕੌਲੀ ਕਿਤੇ ਬੱਚਾ ਬਾਹਰ ਸੋਟੋਵੇ ਤੇ ਮਾਂ ਕੁੱਟ-ਕੁੱਟ ਕੇ ਬੱਚੇ ਦਾ ਮੂੰਹ ਰੰਗ ਲਾਲ ਕਰ ਦੇਂਦੀ ਵੀ ਤੂੰ ਕੌਲੀ ਗਵਾ ਆਂ ਤੇ ਜੇ ਆਪਾਂ ਗੁਰੂ ਘਰ ਗਲਾਸ ਤੇ ਕੌਲੀਆਂ ਭੇਡ ਕਰਨ ਜੋਗੇ ਨਹੀਂ ਤੇ ਕੰਮ ਸੋ ਕਮ ਜਿਹੜੀਆਂ ਕੌਲੀਆਂ ਤੇ ਗਲਾਸ ਨਹੀਂ ਲੰਗਰ ਚ ਪਹਤਾ ਦਿਆ ਕਰੀਏ ਇਹ ਮੇਰੀ ਨਿਮਰਤਾ ਸਹਿਤ ਬੇਨਤੀ ਮੈਨੂੰ ਬਾਬਾ ਸਾਹਾਵਾ ਸੇਵਾ ਸਿੰਘ ਜੀ ਨੇ ਕਿਹਾ ਮੈਂ ਗੁਰੂ ਘਰ ਦਾ ਖਾਨਾ ਹੈ ਜਿਹੜਾ ਕੁੱਤਾ ਖਾ ਕੇ ਤੇ ਭੋਂਕੇ ਨਾ ਨਾ ਮਾਲਕ ਨੂੰ ਬਾਰਾ ਕਰ ਦਿੰਦਾ ਹੈ ਤੇ ਮੈਂ ਗੁਰੂ ਰਾਮਦਾਸ ਦਾ ਕੁੱਤਾ ਹੋਣ ਕਰਕੇ ਤਾਂ ਬੇਨਤੀ ਕੀਤੀ ਹੈ ਕਿਉਂਕਿ ਉਹਨੇ ਪਟਾ ਪਾਇਆ ਨਾ ਤੇ ਪਟਾ ਪਾ ਕੇ ਰੱਖੇਗਾ ਤਾਂ ਘਸੋਟੀ ਨਹੀਂ ਮਾਰੇਗਾ ਇਸ ਕਰਕੇ ਮੇਰੀ ਬੇਨਤੀ ਪ੍ਰਾਲਾ ਇਹ ਕਰਿਆ ਕਰੋ ਕਿ ਜੇ ਦੋ ਮੂੰਟਕ ਦੇ ਪਾਂਡਾ ਮੰਨਣ ਦਾ ਮੌਕਾ ਮਿਲ ਜੇ ਤੇ ਬੜੀ ਚੰਗੀ ਗੱਲ ਨਾਲੇ ਮਨ ਮਾਂਜਿਆ ਜਾਏਗਾ ਇਹ ਵਿੱਚੋਂ ਸਬਾਬ ਬੇਨਤੀ ਆ ਗਈ ਇਸ ਕਰਕੇ ਕਹਿੰਦੇ ਨੇ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ ਜਿਹੜੀ ਗੁਰੂ ਦੀ ਕਾਰ ਸੇਵਾ ਨਾ ਗੁਰੂ ਦਾ ਕੰਮ ਕਾਰ ਦਾ ਭਵ ਜਿਵੇਂ ਬਣਨ ਕਾਰ ਸੇਵਾ ਇਹਦੇ ਦੋ ਅਰਥ ਨੇ ਸੇਵਾ ਹੀ ਕੰਮ ਹੈ ਇੱਕ ਇਹਦਾ ਅਰਥ ਹੈ ਜਿਹੜਾ ਆਪਾਂ ਪੜ੍ਹਦੇ ਨੇ ਕਾਰ ਸੇਵਾ ਵਾਲੇ ਬਾਬੇ ਉਹਦਾ ਭਾਵ ਕਿ ਇਹਨਾਂ ਗੁਰਮਖ ਪਿਆਰਿਆਂ ਨੂੰ ਸੇਵਾ ਤੋਂ ਬਿਨਾ ਹੋਰ ਕੰਮ ਹੀ ਕੋਈ ਨਹੀਂ ਕਾਰ ਕੰਮ ਤੇ ਦੂਜਾ ਕਾਰ ਬਣਿਆ ਕਰ ਕਰਕੇ ਕਰ ਕਹਿੰਦੇ ਨੇ ਆਥ ਨੂੰ ਇਹਨਾਂ ਗੁਰਮਖਾਂ ਦਾ ਨਿਸ਼ਾਨਾ ਭੀ ਹੱਥੀਂ ਸੇਵਾ ਕਰਨਾ ਦੂਜਿਆਂ ਨੂੰ ਲੈਕਚਰ ਕਰਨਾ ਨਹੀਂ ਆਪ ਵੀ ਕਰਦੇ ਹਨ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰ ਕੀ ਕਾਰ ਕਮਾਏ ਲਾਹ ਕਰ ਆਣਿਆ ਜੇ ਗੁਰਮਖਾ ਇਹਨਾਂ ਹੱਥਾਂ ਦੇ ਨਾਲ ਜੇ ਆਪਣੇ ਜੀਵ ਨੂੰ ਸੇਵਾ ਨੂੰ ਸਮਰਪਤ ਕਰ ਦੇਗਾ ਨਾ ਤੇ ਤੂੰ ਲਾਭ ਲੈ ਕੇ ਇਹ ਸੱਚਖੰਡ ਰੂਪੀ ਤੁਰਿਆ ਕਾਦਰੂਪੀ ਘਰ ਵਿੱਚ ਪਹੁੰਚ ਜਾਵੇਂਗਾ ਪਹੁੰਚੇਗਾ ਕਿਵੇਂ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਜਿਹੜੀ ਗੁਰੂ ਕੀ ਬਾਣੀ ਇਹ ਦੁਨੀਆ ਦੀ ਆਤਾਂ ਤੋਂ ਪਰੇ ਹੈ ਨਿਰਵਾਣ ਦਾ ਭਾਵ ਉਹਦਾ ਆਤਾਂ ਤੋਂ ਪਰੇ ਹੈ ਕਿ ਆਪਾਂ ਕਹਾਂਗੇ ਵੀ ਗਿਆਨੀ ਜੀ ਇਹ ਭਲਾ ਕਿਵੇਂ ਹੋਇਆ ਵੀ ਗੁਰਬਾਣੀ ਆਤਾਂ ਤੋਂ ਪਰਾਂ ਉਹ ਇਹ ਹੈ ਜਿਹੜੇ ਜੰਤਨ ਮੰਤਰ ਕਰਦੇ ਨੇ ਨਾ ਕੋਈ ਕਹਿੰਦਾ ਵੀ ਐਸ ਪਾਸੇ ਨੂੰ 21 ਵੇਰਾਂ ਮੂੰਹ ਕਰਕੇ ਇਹ ਸ਼ਬਦ ਪੜਨਾ ਤੂੰ ਜਿਹੜੇ ਮੰਤਰ ਦਿੰਦੇ ਨੇ ਉਹ ਸ਼ਬਦ ਨਹੀਂ ਮੰਤਰ ਆਹ ਤੂੰ 21 ਵੇਰਾਂ ਪੜਨਾ ਆਹ ਤੂੰ 1 ਵੇਰਾਂ ਪੜਨਾ ਆਹ ਤੂੰ ਬੁੱਧਵਾਰ ਪੜਨਾ ਹੈ ਆ ਮੰਗਲਵਾਰ ਪੜਨਾ ਤੇ ਮੰਗਲਵਾਰ ਨਾ ਪੜਿਆ ਤੇ ਤੇਰੇ ਤੇ ਪੁੱਠਾ ਪੈ ਜਾਏਗਾ ਇਹ ਗੁਰੂ ਕੀ ਬਾਣੀ ਹੈ ਜਿਹੜੀ ਪੁੱਠੀ ਨਹੀਂ ਪੈਂਦੀ ਇਹ ਪੁੱਠਿਆਂ ਨੂੰ ਸਿੱਧਿਆਂ ਕਰਦੀ ਜੇ ਇਹਦਾ ਕੋਈ ਨਿਯਮ ਨਹੀਂ ਪੀਰ ਨੂੰ ਸੱਜੇ ਨੂੰ ਮੂੰਹ ਕਰਨਾ ਹੈ ਖੱਬੇ ਨੂੰ ਮੂੰਹ ਕਰਨਾ ਹੈ ਇਹ ਕਹਿੰਦੀ ਹੈ ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਕਾਟ ਹੈ ਨਾ ਬਾੜ ਹੈ ਨਾ ਕਾਟ ਬਾੜ ਹੋਤ ਹੈ ਇਸ ਕਰਕੇ ਕਹਿੰਦੇ ਜਿਹੜੀ ਗੁਰਬਾਣੀ ਹੈ ਨਾ ਇਹ ਨਿਰਵਾਣ ਆਤਾਂ ਤੋਂ ਪਰਾ ਹੈ ਗੁਰੂ ਦੇ ਉਪਦੇਸ਼ ਦੁਆਰਾ ਤੈਨੂੰ ਇਹਦੀ ਗੱਲ ਸਮਝ ਪੈ ਜਾਏਗੀ ਤੇ ਕੀ ਤਰੀਕਾ ਹੈ ਸਮਝ ਪੈਣ ਦਾ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਇਹ ਲਫ਼ਜ਼ ਅਸਲ ਆਪਣੇ ਹਿੰਦੁਸਤਾਨ ਦਾ ਨਹੀਂ ਇਹ ਫਾਰਸੀ ਦਾ ਲਫ਼ਜ਼ ਅਰਦਾਸਦਾਰ ਅਰਜੀਦਾਸਤਾਨ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬੇਨਤੀਆਂ ਹੋਣ ਵੱਖ-ਵੱਖ ਪਤਰਾਂ ਦੀਆਂ ਆਪਾਂ ਬੇਨਤੀਆਂ ਕਰ ਜਿਵੇਂ ਆਪਾਂ ਸਾਰਾ ਇਤਿਹਾਸ ਹੀ ਗਿਣ ਦਿੰਦੇ ਆ ਇਕ ਨਾਨਕ ਕੀ ਅਰਦਾਸ ਜੇ ਤੂੰ ਉਤਪਾਪ ਸੀ ਪਾਤਸ਼ਾਹ ਮੈਂ ਤੇਰੇ ਅੱਗੇ ਬੇਨਤੀ ਕਰਦਾ ਜੇ ਤੇਨੂੰ ਚੰਗੀ ਲੱਗੇ ਤੇ ਜੇ ਤੂੰ ਕਿਰਪਾ ਕਰਕੇ ਪ੍ਰਵਾਨ ਕਰ ਲੈ ਉਹ ਬੇਨਤੀ ਕੀ ਹੈ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਏ ਮੇਰੇ ਵਾਹਿਗੁਰੂ ਮੇਰੀ ਤੇਰੇ ਅੱਗੇ ਬੇਨਤੀ ਹੈ ਨਾਮ ਤਾਂ ਜਪਦਾ ਪਰ ਅੰਦਰ ਟਿਕਦਾ ਨਹੀਂ ਉਹ ਜਪਦਾ ਬੜਾ ਪਰ ਅੰਦਰ ਨਹੀਂ ਟਿਕਦਾ ਇਕ ਇਹ ਕਿਰਪਾ ਕਰ ਮੈਂ ਤੇਰੇ ਗੁਣ ਗਾਉਂਦਾ ਰਾਂ ਤੇ ਤੇਰਾ ਨਾਮ ਮੇਰੇ ਹਿਰਦੇ ਵਿੱਚ ਨਿਵਾਸ ਕਰ ਜੇ ਟਿਕ ਜਾਏ ਜਿਵੇਂ ਆਪਾਂ ਕਹਿੰਨੇ ਗੁਰਮੁਖ ਨਿਵਾਸ ਸਰਪੰਚ ਨਿਵਾਸ ਪਾਪ ਜਿੱਥੇ ਸਰਪੰਚ ਚਾਹੀਦਾ ਉਹਨੂੰ ਕਹਿੰਨੇ ਸਰਪੰਚ ਨਿਵਾਸ ਸਰਦਾਰ ਨਿਵਾਸ ਮੀਆਂ ਜੀ ਨਿਵਾਸ ਜਿਹਦੇ ਵਿੱਚ ਪੱਕੇ ਤੌਰ ਤੇ ਵਸੇਵਾਵੇ ਉਹਨੂੰ ਨਿਵਾਸ ਕਹਿੰਨੇ ਆ ਇਹ ਵੈਗਰੂ ਮੇਰੇ ਤੇ ਮਿਹਰ ਕਰ ਤੇਰਾ ਨਾਮ ਮੇਰੇ ਹਿਰਦੇ ਵਿੱਚ ਵਸ ਜਾਏ ਇੱਕ ਹੋਰ ਕਿਰਪਾ ਕਰੀ ਮੈਂ ਅੱਠੇ ਪਰ ਤੇਰੀ ਗੁਣ ਗਾਉਂਦਾ ਰਾਂ ਕਿ ਮੇਰੀ ਤੇ ਰਹਿਮਤ ਕਰੀ ਗੁਰਮੁਖੋ ਅਪਰਾਲਾ ਕਰਿਆ ਕਰੀ ਐੱਠੇ ਪੇ ਚੇਤੇ ਕਰਨ ਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਪਤਾ ਨਹੀਂ ਸਾਡਾ ਖੀਲਾ ਸਵਾਸ ਕਿਹੜਾ ਹੈ ਆ ਪਤਾ ਨਹੀਂ ਸਾਨੂੰ ਆ ਪੰਜ ਛੇ ਮਹੀਨੇ ਹੋ ਮੇਰੀ ਗਵਾਂਢੀ ਇੱਕ ਮਾਤਾ ਦੀ ਮੌਤ ਹੋਈ ਉਹ ਬੀਬੀ ਨੇ ਦੋ ਪ੍ਰਸ਼ਾਦ ਦੀ ਪ੍ਰਸ਼ਾਦੇ ਛਕੇ ਤੇ ਨਿੱਕੀ ਜੀ ਪੁੱਤੀ ਉਹਦੇ ਕੋਲ ਖੇਡਦੀ ਸੀ ਤੇ ਨੋ ਨੇ ਵਾਰ ਮਾਰੀ ਵੀ ਮੰਮੀ ਜੀ ਇਹ ਗੁੱਡੀ ਨੇ ਤੁਹਾਡੀ ਥਾੜੀ ਸੁੱਟੀਆਂ ਨੂੰ ਛਿੜਕਦੀਆਂ ਤੇ ਆਣ ਕੇ ਵੇਖਿਆ ਤੇ ਉਹ ਬੀਬੀ ਮਾਤਾ ਚੜਾਈ ਕਰ ਗਈ ਜਿਨੇ ਦੋ ਰੋਟੀਆਂ ਖਾਧੀਆਂ ਭਲਾ ਬਿਮਾਰ ਹੋਵੇਗੀ ਉਹ ਦੋ ਪ੍ਰਸ਼ਾਦ ਦੇ ਛੱਕ ਤੇ ਤੀਜੀ ਲਈ ਨੋਹ ਨਿਵਾਜ਼ ਮਾਰੀ ਵੀ ਮੰਮੀ ਜੀ ਹੋਰ ਲਿਆਵਾ ਤੇ ਉਹਦੀ ਖਾਣ ਦੀ ਆਗਿਆ ਨਹੀਂ ਇਹ ਜੇ ਆਪਣੀ ਸਿਹਤ ਪਿਆ ਪਾਏਗੀ ਪਤਾ ਨਹੀਂ ਪੀ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ ਪਤਾ ਨਹੀਂ ਬੁਰਕੀ ਖਾਦੀ ਜਾਣੀ ਕਿ ਨਹੀਂ ਖਾਦੀ ਜਾਣੀ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਜਿਹੜੇ ਕਾਗਜ਼ ਤੇ ਮੋਹਰ ਲੱਗ ਜੇ ਉਹ ਨੋਟ ਤੇ ਜਿਹਦੇ ਤੇ ਮੋਹ ਨਾ ਲੱਗੀ ਉਹਨੂੰ ਕਹਿੰਨਿਆ ਕਾਗਜ਼ ਸਾਡੇ ਸਵਾਸੀ ਕਾਗਜ਼ ਵਰਗੇ ਨੇ ਤੇ ਅਪਰਾਲਾ ਕਰੀਏ ਪੀ ਵੈਗਰੂ ਦੀ ਕਿਤੇ ਮੋਹ ਲੱਗ ਜਾਏ ਇਹ ਕੀਮਤੀ ਹੋ ਜਾਣ ਤੇ ਜੇ ਕੋਲ ਗੁਰਮੁਖੋ ਜੀਵ ਚ ਪੈਸੇ ਹੋਣਗੇ ਤੇ ਆਪਾਂ ਜੋ ਮਰਜ਼ੀ ਲੈ ਲਾਂਗੇ ਇਸ ਕਰਕੇ ਜਿੰਨਾਂ ਕੋਲ ਨਾਮ ਹੈ ਉਹਨਾਂ ਗੁਰਮੁਖ ਆਰਿਆਂ ਦਾ ਲੋਕ ਪ੍ਰਲੋਗ ਸਫਲਾ ਹੋ ਗਿਆ ਔਰ ਇਸੇ ਕਾਰਨ ਕਰਕੇ ਆਪਾਂ ਇੱਥੇ ਸਤਗੁਰੂ ਪਾਤਸ਼ਾਹ ਦਰਬਾਰ ਵਿੱਚੋਂ ਹਾਜ਼ਰੀ ਭਰ ਕੇ ਤੇ ਬੇਨਤੀਆਂ ਦਿੰਦੇ ਆਂ ਵੀ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਸਤਿਗੁਰੂ ਗ੍ਰੰਥ ਸਾਹਿਬੀ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ ਇੱਕ ਹੋਰ ਸਾਡੇ ਅੰਦਰ ਭੁਲੇਖਾ ਹੈ ਵੀ ਜਿਹੜਾ ਫਲਾਣੇ ਥਾਂ ਤੇ ਗੁਰੂ ਗ੍ਰੰਥ ਸਾਹਿਬੀ ਪਾਤਸ਼ਾਹ ਪ੍ਰਕਾਸ਼ ਉਹ ਵੱਡਾ ਹੈ ਇਹ ਬੜੀ ਸਾਨੂੰ ਗਲਤਫਹਿਮੀ ਜੀ ਹੋ ਸਕਦਾ ਮੈਂ ਗਲਤ ਕਹਿ ਗਿਆ ਹਾਂ ਪਰ ਮੈਨੂੰ ਮੇਰੇ ਵਿਸ਼ਵਾਸ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਮਲਕ ਭਾਗੋ ਦੇ ਘਰ ਗਏ ਨੇ ਤੇ ਗੁਰੂ ਨਾਨਕ ਪਾਤਸ਼ਾਹ ਮੀਤ ਨਹੀਂ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੂ ਦੇ ਘਰ ਗਏ ਨੇ ਤੇ ਗੁਰੂ ਨਾਨਕ ਪਾਤਸ਼ਾਹ ਗਰੀਬ ਨਹੀਂ ਹੋਏ ਤੇ ਗੁਰਨਾਨ ਤਾਂ ਗੁਰਨਾਨ ਕੀ ਹੈ ਨਾ ਇਸ ਕਰਕੇ ਇਹ ਕਹਿਣਾ ਵੀ ਮੈਂ ਉੱਥੇ ਅਰਦਾਸ ਕਰਨ ਚੱਲਿਆ ਤੇ ਇੱਥੇ ਨਹੀਂ ਜਿੱਥੇ ਵੀ ਗੁਰਗ੍ਰੰਥ ਸਾਹਿਬ ਦੇ ਪਾਤਸ਼ਾਹ ਨੇ ਮਨ ਬ੍ਰਿਤੀ ਕਰ ਕੇ ਅਰਦਾਸ ਕਰਿਆ ਕਰੋ ਗੁਰੂ ਸਮਰੱਥ ਹੈ ਗੁਰੂ ਸਮਰੱਥ ਹੈ ਜਿਹਦੇ ਤੇ ਬਹੁਤੇ ਵਧੀਆ ਨਮਾਲੇ ਹੁਣ ਤੇ ਆਪਾਂ ਕਹਿੰਦੇ ਆਪਾਂ ਉੱਥੇ ਮੱਥਾ ਟੇਕਦੇ ਆਂ ਇਹ ਪ੍ਰੀਖਿਆ ਸਾਨੂੰ ਅਸੀਂ ਜੋਤ ਨੂੰ ਮੰਨਦੇ ਆਂ ਸ਼ਬਦ ਨੂੰ ਮੰਨਦੇ ਆਂ ਕੁਰਬਾਨੀ ਨੂੰ ਮੰਨਦੇ ਆਂ ਤੇ ਗੁਰੂ ਸਾਡੇ ਅੰਦਰ ਕਿਰਪਾ ਕਰੇ ਜਿਹੜੇ ਸਾਡੇ ਅੰਦਰ ਇਹੋ ਜਿਹੀ ਕਈ ਤਰ੍ਹਾਂ ਦੇ ਭੇਨ ਭੇਦ ਨੇ ਇਹ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਪੀ ਪਾਤਸ਼ਾ ਸਾਡੇ ਭਲੇਖੇ ਕਟਣ ਤੇ ਆਪਣੇ ਨਾਲ ਜੋੜਨ ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਹਜ਼ੂਰ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਜੀ ਇਕ ਨਾਨਕ ਕੀ ਅਰਦਾਸ ਜੇ ਤੁਦ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ